ਚੋਰੀ ਦੀਆਂ ਇਹਨਾਂ ਤਾਜ਼ਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਚੋਰ ਬਹੁਤ ਤੇਜ਼ੀ ਨਾਲ ਆਉਂਦਾ ਹੈ ਤੇ ਵਾਹਨਾਂ ਨੂੰ ਵੇਖਦਾ ਵੇਖਦਾ ਅੱਗੇ ਵੱਧ ਜਾਂਦਾ ਤੇ ਦੁਬਾਰਾ ਵਾਪਸ ਆਉਂਦਾ ਤੇ ਆਲੇ ਦੁਆਲੇ ਵੇਖਦਾ ਕਿ ਕੋਈ ਇਸ ਨੂੰ ਵੇਖ ਤਾਂ ਨਹੀਂ ਰਿਹਾ ਜਾਂ ਉਸ ਵੱਲ ਕਿਸੇ ਦਾ ਧਿਆਨ ਤਾਂ ਨਹੀਂ ਤੇ ਸਾਰੇ ਰਸਤੇ ਸਾਫ ਵੇਖ ਮਿੰਟੋ ਮਿੰਟ ਐਕਟਿਵਾ ਨੂੰ ਚਾਬੀ ਲਗਾਉਂਦਾ ਤੇ ਫਰਾਰ ਹੋ ਜਾਂਦਾ। ਇਹ ਚੋਰੀ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਚੋਰੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਐਕਟਿਵਾ ਖੜੀ ਸੀ। ਚੋਰੀ ਦੀਆਂ ਇਹ ਘਟਨਾਵਾਂ ਨਿਤ ਦਿਨ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਚੋਰਾਂ ਦੇ ਮਨਾਂ ਦੇ ਵਿੱਚ ਕੋਈ ਵੀ ਕਾਨੂੰਨ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਤੇ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਇਹ ਅੰਜਾਮ ਦੇ ਰਹੇ ਨੇ। ਚੋਰੀ ਦੀਆਂ ਇਹਨਾਂ ਤਾਜ਼ਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਚੋਰ ਬਹੁਤ ਤੇਜ਼ੀ ਨਾਲ ਆਉਂਦਾ ਤੇ ਵਾਹਨਾਂ ਨੂੰ ਵੇਖਦਾ ਵੇਖਦਾ ਅੱਗੇ ਵੱਧ ਜਾਂਦਾ ਤੇ ਦੁਬਾਰਾ ਵਾਪਸ ਆਉਂਦਾ ਤੇ ਆਲੇ ਦੁਆਲੇ ਵੇਖਦਾ ਕਿ ਕੋਈ ਇਸ ਨੂੰ ਵੇਖ ਤਾਂ ਨਹੀਂ ਰਿਹਾ ਜਾਂ ਉਸ ਵੱਲ ਕਿਸੇ ਦਾ ਧਿਆਨ ਤਾਂ ਨਹੀਂ ਤੇ ਸਾਰੇ ਰਸਤੇ ਸਾਫ ਵੇਖ ਮਿੰਟੋ ਮਿੰਟ ਐਕਟਿਵਾ ਨੂੰ ਚਾਬੀ ਲਗਾਉਂਦਾ ਤੇ ਫਰਾਰ ਹੋ ਜਾਂਦਾ। ਇਹ ਚੋਰੀ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਚੋਰੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਐਕਟਿਵਾ ਖੜੀ ਸੀ। ਚੋਰੀ ਦੀਆਂ ਇਹ ਘਟਨਾਵਾਂ ਨਿਤ ਦਿਨ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਚੋਰਾਂ ਦੇ ਮਨਾਂ ਦੇ ਵਿੱਚ ਕੋਈ ਵੀ ਕਾਨੂੰਨ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਤੇ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਇਹ ਅੰਜਾਮ ਦੇ ਰਹੇ ਨੇ। ਚੋਰੀ ਦੀਆਂ ਇਹਨਾਂ ਤਾਜ਼ਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਚੋਰ ਬਹੁਤ ਤੇਜ਼ੀ ਨਾਲ ਆਉਂਦਾ ਤੇ ਵਾਹਨਾਂ ਨੂੰ ਵੇਖਦਾ ਵੇਖਦਾ ਅੱਗੇ ਵੱਧ ਜਾਂਦਾ ਤੇ ਦੁਬਾਰਾ ਵਾਪਸ ਆਉਂਦਾ ਤੇ ਆਲੇ ਦੁਆਲੇ ਵੇਖਦਾ ਕਿ ਕੋਈ ਇਸ ਨੂੰ ਵੇਖ ਤਾਂ ਨਹੀਂ ਰਿਹਾ ਜਾਂ ਉਸ ਵੱਲ ਕਿਸੇ ਦਾ ਧਿਆਨ ਤਾਂ ਨਹੀਂ ਤੇ ਸਾਰੇ ਰਸਤੇ ਸਾਫ ਵੇਖ ਮਿੰਟੋ ਮਿੰਟ ਐਕਟਿਵਾ ਨੂੰ ਚਾਬੀ ਲਗਾਉਂਦਾ ਤੇ ਫਰਾਰ ਹੋ ਜਾਂਦਾ। ਇਹ ਚੋਰੀ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਚੋਰੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਐਕਟਿਵਾ ਖੜੀ ਸੀ। ਚੋਰੀ ਦੀਆਂ ਇਹ ਘਟਨਾਵਾਂ ਨਿਤ ਦਿਨ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਚੋਰਾਂ ਦੇ ਮਨਾਂ ਦੇ ਵਿੱਚ ਕੋਈ ਵੀ ਕਾਨੂੰਨ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਤੇ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਇਹ ਅੰਜਾਮ ਦੇ ਰਹੇ ਨੇ। ਚੋਰੀ ਦੀਆਂ ਇਹਨਾਂ ਤਾਜ਼ਾ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਚੋਰ ਬਹੁਤ ਤੇਜ਼ੀ ਨਾਲ ਆਉਂਦਾ ਤੇ ਵਾਹਨਾਂ ਨੂੰ ਵੇਖਦਾ ਵੇਖਦਾ ਅੱਗੇ ਵੱਧ ਜਾਂਦਾ ਤੇ ਦੁਬਾਰਾ ਵਾਪਸ ਆਉਂਦਾ ਤੇ ਆਲੇ ਦੁਆਲੇ ਵੇਖਦਾ ਕਿ ਕੋਈ ਇਸ ਨੂੰ ਵੇਖ ਤਾਂ ਨਹੀਂ ਰਿਹਾ ਜਾਂ ਉਸ ਵੱਲ ਕਿਸੇ ਦਾ ਧਿਆਨ ਤਾਂ ਨਹੀਂ ਤੇ ਸਾਰੇ ਰਸਤੇ ਸਾਫ ਵੇਖ ਮਿੰਟੋ ਮਿੰਟ ਐਕਟਿਵਾ ਨੂੰ ਚਾਬੀ ਲਗਾਉਂਦਾ ਤੇ ਫਰਾਰ ਹੋ ਜਾਂਦਾ। ਇਹ ਚੋਰੀ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਚੋਰੀ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਐਕਟਿਵਾ ਖੜੀ ਸੀ। ਚੋਰੀ ਦੀਆਂ ਇਹ ਘਟਨਾਵਾਂ ਨਿਤ ਦਿਨ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਚੋਰਾਂ ਦੇ ਮਨਾਂ ਦੇ ਵਿੱਚ ਕੋਈ ਵੀ ਕਾਨੂੰਨ ਦਾ ਡਰ ਖੌਫ ਨਜ਼ਰ ਨਹੀਂ ਆ ਰਿਹਾ ਤੇ ਦਿਨ ਦਿਹਾੜੇ ਚੋਰੀ ਦੀਆਂ ਘਟਨਾਵਾਂ ਨੂੰ ਇਹ ਅੰਜਾਮ ਦੇ ਰਹੇ ਨੇ।